ਲੇਖਕ ਆਸ਼ਿਕ ਦੀ ਪਾਕਿਸਤਾਨੀ ਕਹਾਣੀ ਅੱਠਵਾਂ ਪੁੱਤਰ ਦਾ ਦੂਸਰਾ ਪਾਗ ਗਰਮੀਆਂ ਮੁੱਕਣ ਦੇ ਨਾਲ ਹੀ ਕੋ ਕਾਫਲ ਆਉਂਦੇ ਪੰਖੀਆਂ ਦੀਆਂ ਵੱਡੀਆਂ-ਵੱਡੀਆਂ ਡਾਰਾਂ ਨੇ ਰਾਓ ਦੀ ਜਾਗੀਰ ਵਿੱਚ ਪੱਕੇ ਡੇਰੇ ਲਾ ਲਏ ਇਹ ਪੰਖੀ ਇੰਨੀ ਵੱਡੀ ਗਿਣਤੀ ਚਾਏ ਸਨ ਕਿ ਜਦੋਂ ਉੱਡਦੇ ਅਸਮਾਨ ਉੱਤੇ ਬੱਦਲ ਵਾਂਗੂੰ ਛਾ ਜਾਂਦੇ ਇੱਥੇ ਨਿੱਕੇ ਰਾਓ ਨੇ ਇੱਕ ਹੋਰ ਕੰਮ ਕੀਤਾ ਉਹਨੇ ਐਲਾਨ ਕਰਵਾ ਦਿੱਤਾ ਕਿ ਅੱਗੇ ਤੋਂ ਫਸਲਾਂ 'ਚ ਜਾਗੀਰਦਾਰ ਦਾ हिस्सा ਅੱਧੇ ਦੀ ਬਜਾਏ ਚੌਥਾਈ ਹੋਏਗਾ ਪਰ ਇਹਦੇ ਨਾਲ ਉਹਨੇ ਇੱਕ ਸ਼ਰਤ ਵੀ ਲਾਈ ਸੀ ਕੋਈ ਵੀ ਰਾਹਕ ਪੰਖੀਆਂ ਨੂੰ ਫਸਲਾਂ 'ਚ ਚੁਗਣ ਤੋਂ ਹਟੇਗਾ ਹੂੜੇਗਾ ਨਹੀਂ ਇੰਜਾਲ ਦਵਾਲ ਦੇ ਲੱਖਾਂ ਮੱਗ ਤੇ ਮੁਰਗਾਬੀਆਂ ਵੀ rau ਦੇ ਇਲਾਕੇ 'ਚ ਆ ਗਏ ਤੇ ਇਹ ਇਲਾਕਾ ਪੂਰੇ ਬੀਟ ਵਿੱਚ ਸਭ ਤੋਂ ਵੱਧ ਆਬਾਦ ਤੇ ਰੌਣਕ ਵਾਲੀ ਥਾਂ ਬਣ ਗਿਆ ਜਦੋਂ ਖਾਣ ਵਾਲੇ ਜੀ ਵਧਦੇ ਨੇ ਤੇ ਫਿਰ ਮੌਲਾ پاک ਵੀ ਰਜ਼ਕ ਵਧਾ ਦਿੰਦਾ ਹੈ ਨiyet ਨੇਕ ਹੋਣੀ ਚਾਹੀਦੀ ਹੈ ਇਥੇ ਵੀ ਇੰਜ ਹੀ ਹੋਇਆ ਤੇ ਨਾਲ ਲੱਖਾਂ ਪੰਖੀਆਂ ਦੀਆਂ ਵਿੱਠਾਂ ਦਾ ਕਰਕੇ ਇੱਕ ਤੇ ਇਲਾਕੇ ਦੇ ਰਕੜ ਤੇ ਰੇਤਲੇ ਰਕਵੇ 'ਚ ਵੀ ਹਜ਼ਾਰਾਂ ਕਿਸਮ ਦੇ ਫੁੱਲ ਤੇ ਸਬਜ਼ਾ ਉੱਗ ਖਲੋਤਾ ਜਿਹਦੇ ਕਰਕੇ ਹਰ ਰੁੱਖ ਉੱਤੇ ਮਸ਼ਕ ਮਸ਼ਕ ਜਿੱਡੇ ਮੱਖਿਓ ਨੇ ਡੂੰਮਣੇ ਲੰਮਕ ਪਈ ਕਿਉਂ ਜੋ ਸ਼ਹਿਦ ਦੀਆਂ ਮੱਖੀਆਂ ਨੂੰ ਫੁੱਲਾਂ ਦਾ ਰਸ ਚੋਸਣ ਲਈ ਦੂਰ ਨਹੀਂ ਸੀ ਜਾਣਾ ਪੈਂਦਾ ਤੇ ਦੂਜੇ ਜਦੋਂ ਫਸਲਾਂ ਦੀ ਵਾਢੀ ਹੋਈ ਤੇ ਮਜ਼ਾਰਿਆਂ ਲਈ ਇਹਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ ਪੰਖੀਆਂ ਨੇ ਜੋ ਥੋੜੀ ਬਹੁਤ ਫਸਲ ਚੁਗੀ ਸੀ ਉਹਦੇ ਬਦਲੇ ਜ਼ਮੀਨ ਦੀ ਤਾਕਤ ਵਿੱਚ ਵਾਧਾ ਕਰਕੇ ਉਹਨੂੰ ਬੰਦਿਆਂ ਦੀਆਂ ਬਣਾਈਆਂ ਖਾਦਾਂ ਤੋਂ ਬੇਨਿਆਜ਼ ਕਰ ਦਿੱਤਾ ਸੀ ਇੰਜ ਨਿੱਕੇ rau ਦੀ ਜ਼ਗੀਰਦਾਰੀ ਦੇ ਪਹਿਲੇ ਵਰੀ ਇਲਾਕੇ ਦੀ ਸ਼ਕਲ ਹੋਰ ਦੀ ਹੋਰ ਹੋ ਗਈ ਤੇ ਉਹਦੇ ਸਾਰੇ ਵਸਨੀਕ ਖੁਸ਼ਹਾਲ ਹੋ ਗਏ ਹੁਣ ਸਾਰੇ ਮਜ਼ਾਰੀ rau ਦੀ ਇੱਜ਼ਤ ਤੇ ਕਰਦੇ ਸਨ ਪਰ ਉਹਨਾਂ ਨੂੰ ਇਹ ਗੱਲ ਅਜੇ ਵੀ ਚੁਪਦੀ ਸੀ ਕਿ ਉਹਨਾਂ ਦਾ ਮਾਲਕ ਹੱਡੀਆਂ ਦੀ ਮੁੱਠੇ ਉਹਨਾਂ ਦੇ ਇਲਾਕੇ ਵਿੱਚ ਫਿੱਟਿਆ ਹੋਇਆ ਤੇ ਹੱਥ ਛੋਟੇ ਫ਼ਜ਼ਗੀਰਦਾਰੀ ਫੱਪਦਾ ਸੀ ਫੇਰ ਇੱਕ ਦਿਨ ਉਹਨਾਂ ਦਾ ਇਹ ਸ਼ੱਕ ਵੀ ਦੂਰ ਹੋ ਗਿਆ ਵੱਡੇ ਰਾਓ ਨੇ ਆਪਣੀ ਖਿਆਤੀ 'ਚ ਭਾਵੇਂ ਛੋਟੇ ਰਾਓ ਤੋਂ ਵੱਖ ਕਿਸੇ ਹੋਰ ਪੁੱਤਰ ਦੀ ਦੱਸ ਨਹੀਂ ਸੀ ਪਾਈ ਪਰ ਉਹਦੀ ਸ਼ਕਲ ਵਜਾ ਦੇ ਵਜਾ ਦੇ ਦੋ ਤਿੰਨ ਜਵਾਨ ਹੋਰ ਵੀ ਜ਼ਗੀਰ 'ਚ ਸੈਸਨ ਇਹਨਾਂ 'ਚ ਇੱਕ ਜਮਾਲ ਖਾਨ ਸੀ ਬੜਾ ਹੱਥ ਛੁੱਟ ਤੇ ਜ਼ਬਾਨ ਦਾ ਕੋੜਾ ਪਤਾ ਨਹੀਂ ਉਹਨੂੰ ਛੋਟੇ ਰਾਓ ਤੇ ਕਾਹਦਾ ਵੱਟ ਸੀ ਹਰ ਵੇਲੇ ਉਹਦੀਆਂ ਬਦਖੁਈਆਂ ਕਰਦਾ ਰਹਿੰਦਾ ਇੱਕ ਦਿਨ ਜਦੋਂ ਛੋਟਾ rau ਦੇ ਕੋਲੋਂ ਲੰਘਿਆ ਤੇ ਜਮਾਲ ਖਾਨ ਨੇ ਆਪਣੇ ਸੰਗੀਆਂ ਨੂੰ ਆਕੇ ਆ ਜੇ ਮੁੱਛਾਂ ਵਾਲਾ ਮੱਛਰ ਕਦੀ ਨਹੀਂ ਜੇ ਡਿੱਟਾ ਤਾਂ ਅੱਜ ਵੇਖ ਲਓ ਛੋਟਾ rau ਸੁਣੀ ਅਨ ਸੁਣੀ ਕਰ ਸਕਦਾ ਸੀ ਪਰ ਫੌਲਾਦ ਖਾਨ ਨੂੰ ਜਿਵੇਂ ਸੁਣ ਕੇ ਅੱਗ ਲੱਗੇ ਉਹ ਜਮਾਲਵਾਲ ਵਧਿਆ ਪਰ ਨਿੱਕੇ rau ਨੇ ਉਹਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ ਤੇ ਘੋੜੇ ਤੋਂ ਉਤਰ ਕੇ ਆਪ ਜਮਾਲ ਖਾਨ ਵੱਲ ਵਧਿਆ ਜਮਾਲ ਖਾਨ ਸੋਚ ਵੀ ਨਹੀਂ ਸੀ ਸਕਦਾ ਕਿ ਨਿੱਕੇ rau ਵਰਗਾ ਸੁੱਕਾ ਢਿਲਾ ਉਹਦੇ ਹੱਥੀਂ ਪੈਣ ਦੀ ਹਿੰਮਤ ਕਰੇਗਾ ਉਦੇ ਬੁੱਲਾਂ ਉੱਤੇ ਬੜੀ ਜ਼ਹਿਰੀਲੀ ਜਿਹੀ ਮੁਸਕਾਨ ਆਈ ਪਰ ਉਹਦੇ ਹਿੱਲਣ ਤੋਂ ਪਹਿਲਾਂ ਹੀ ਰਾਉ ਨੇ ਉਹਦਾ ਪਲਿਆ ਹੋਇਆ ਗਾਟ ਆਪਣੀਆਂ ਹੱਡੀਆਂ ਵਰਗੀਆਂ ਉਂਗਲੀਆਂ 'ਚ ਕਾਬੂ ਕਰ ਲਿਆ ਸੀ। ਰਾਉ ਨੂੰ ਆਪਣਾ ਦੂਜਾ ਹੱਥ ਲਾਉਣ ਦੀ ਲੋੜ ਵੀ ਨਹੀਂ ਸੀ ਪਈ। ਪਰ ਜਮਾਲ ਖਾਨ ਦਾ ਗਾਟਾ ਜਿਵੇਂ ਫौलाਦ ਦੇ শিকੰਜੇ 'ਚ ਕੱਸਿਆ ਗਿਆ ਸੀ ਤੇ ਫਿਰ ਇੱਕ ਅੱਧੇ ਮਿੰਟ ਵਿੱਚ ਹੀ ਜਮਾਲ ਖਾਨ ਦੇ ਪੈਰਾਂ ਵਿੱਚੋਂ ਜਿਵੇਂ ਜਾਨ ਨਿਕਲ ਗਈ ਹੋਵੇ। ਉਹ ਪਹਿਲਾਂ ਬੈਠਾ ਫਿਰ ਲੱਕ ਭਰਨੇ ਭੁਈਂ ਤੇ ਡਿੱਗ ਪਿਆ। ਰਾਉ ਨੇ ਉਹਦੇ ਵੱਲ ਮੁੜ ਕੇ ਵੇਖਿਆ ਵੀ ਨਹੀਂ ਤੇ ਜਾ ਕੇ ਆਪਣੇ ਘੋੜੇ ਤੇ ਚੜ੍ਹ ਕੇ ਟੁਰਦਾ ਹੋਇਆ। ਹੌਣ ਵਾਰੀ ਫਲਾਦ ਖਾਨ ਦੀ ਸੀ ਉਹਨੇ ਆਪਣਾ ਕੋੜਾ ਜਮਾਲ ਖਾਨ ਦੇ ਕੋਲ ਖਿਲਾ ਰਿਆ ਤੇ ਆਖਿਆ ਬਸ ਇਹਨੂੰ ਆਖਰੀ ਵਾਰੀ ਸਮਝ ਅੱਗੋਂ ਕੋਈ ਮਾਫੀ ਨਹੀਂ ਮਿਲਣੀ ਜਮਾਲ ਖਾਨ ਨੂੰ ਹੋਸ਼ ਤੇ ਆ ਗਈ ਪਰ ਉਹਦੀ ਗਿੱਚੀ ਉੱਤੇ rau ਦੀਆਂ ਉਂਗਲੀਆਂ ਦੇ ਨਿਸ਼ਾਨ ਮਰਦੇ ਦਮ ਤਿੱਕਰ ਕਾਇਮ ਰਹੇ ਜਿਵੇਂ ਕਿਸੇ ਨੇ ਲੋਹੇ ਦੀ ਅਸੀਖਾ ਤਾ ਕੇ ਲਾ ਦਿੱਤੀ ਹੁਣ ਗੱਲ ਇੱਥੇ ਨਹੀਂ ਮੁੱਕੀ ਹਫ਼ਤੇ ਦੇ ਵਿੱਚ ਘੱਟੋ ਘੱਟ 15 ਬੰਦਿਆਂ ਨੇ ਜਮਾਲ ਖਾਨ ਨੂੰ ਵੱਖਰਿਆਂ ਕਰਕੇ ਉਹ ਧਮਕੀ ਦਿੱਤੀ ਬਸ ਦੁਬਾਰਾ ਮਾਫੀ ਨਹੀਂ ਮਿਲੇਗੀ ਸਭ ਤੋਂ ਖਤਰਨਾਕ ਗੱਲ ਇਹ ਸੀ ਵੀ ਧਮਕੀਆਂ ਦੇਣ ਵਾਲੇ ਸਭੇ شریف ਤੇ ਭਲੇਮਾਨ ਸਨ ਤੇ ਆਮ ਕਰਕੇ ਕਦੇ ਵੀ ਕਿਸੇ ਨਾਲ ਲੜੇ ਝਗੜੇ ਨਹੀਂ ਸਨ ਜਮਾਲ ਖਾਨ ਨੇ ਬੜਾ ਸੋਚ ਸਮਝ ਕੇ ਇੱਕ ਬੜਾ ਚੰਗਾ ਫੈਸਲਾ ਕੀਤਾ ਉਹ rau ਦਾ ਇਲਾਕਾ ਛੱਡ ਕੇ ਕਿਧਰੇ ਹੋ ਟੁਰਦਾ ਹੋਇਆ ਉਸ ਦਿਨ ਦੇ ਮਗਰੋਂ ਇਲਾਕੇ ਦੇ ਲੋਕ ਉਹਦਾ ਪੂਰਾ ਨਾਂ ਲੈਂਦੇ rau ਸ਼ਾ ਮੀਰ ਖਾਨ ਬਸ ਇੱਕ ਗੋਲਾ ਸੀ ਜਿਨੇ rau ਲਈ ਇੱਕ ਵੱਖਰਾ ਨਾਂ ਰੱਖਿਆ ਸੀ ਇਹ ਸੀ ਸੁੱਖਾ ਸ਼ੇਰ ਤੇ ਗੋਲੇ ਨੂੰ ਨਾਂ ਤੇ ਬੀਬੇ ਨੇ ਡਕਿਆ ਤੇ ਨਾ ਹੀ ਰਾਉ ਸ਼ਾ ਮੀਰ ਖਾਨ ਇਹ ਕਿੱਸਾ ਸੱਸੀ ਦੇ ਕੰਨਾਂ ਤੇ ਕਰ ਵੀ ਅਪੜ ਗਿਆ ਉਹਨੂੰ ਇਹ ਗੱਲ ਬੜੀ ਚੰਗੀ ਲੱਗੀ ਮਜ਼ਬੂਤ ਤੇ ਦਲੇਰ ਮਰਦ ਤੱਕ ਹਰ ਔਰਤ ਦੀ ਰੀਝ ਹੁੰਦੀ ਹੈ ਅੱਜ ਪਹਿਲੀ ਵਾਰ ਉਹਨੇ ਰਾਉ ਸ਼ਾ ਮੀਰ ਖਾਨ ਨੂੰ ਦੇਖਿਆ ਤੇ ਫਿਰ ਇੱਕ ਸਾਲ ਮਗਰੋਂ ਉਹਨਾਂ ਦੇ ਘਰ ਪਲੱਠੀ ਦਾ ਪੁੱਤਰ ਜੰਮਿਆ ਪੁੱਤਰ ਸਾਰਾ ਮਾਂ ਤੇ ਗਿਆ ਸੀ ਪਰ ਉਹਦੀਆਂ ਅੱਖਾਂ ਤੇ ਉਵਰ ਗਈਆਂ ਸੀ ਹੁਣ ਸੱਸੀ ਬੜੀ ਖੁਸ਼ ਸੀ ਉਹਨੂੰ ਰਾਉ ਸ਼ਾ ਮੀਰ ਖਾਂ ਬੜਾ ਚੰਗਾ ਲੱਗਣ ਲੱਗ ਪਿਆ ਸੀ ਫਿਰ ਉਹਨਾਂ ਦੇ ਘਰ ਦੂਜਾ ਪੁੱਤਰ ਹੋਇਆ ਹੁਣ ਸਸੀ ਰਾਉ ਦੀ ਆਸ਼ਿਕ ਹੋ ਗਈ ਤੀਜਾ ਪੁੱਤਰ ਜੰਮਣ ਮਗਰੋਂ ਉਹ ਰਾਉ ਦੀ ਪੁਜਾਰਨ ਬਣ ਗਈ ਸੀ ਇੰਜ 12 ਸਾਲ ਚ ਸਸੀ ਨੇ ਰਾਉ ਲਈ ਸੱਤ ਪੁੱਤਰ ਤੇ ਇੱਕ ਧੀ ਜੰਮੇ ਇਹ ਸਭੇ ਬਾਲ ਘਰ ਲਿਹਾਜ਼ ਨਾਲ ਮੁਕੰਮਲ ਤੇ ਇਨਸਾਨੀ ਹੁਸਨ ਦਾ ਸੋਹਣਾ ਨਮੂਨਾ ਸਨ ਬੀਬੇ ਤੇ ਗੋਲੇ ਦੀਆਂ ਮੋਜਾਂ ਹੋ ਗਈਆਂ ਉਹ ਸਾਰਾ ਸਾਰਾ ਦਿਨੇ ਨਾਲ ਬਾਲਾਂ ਨਾਲ ਖੇਡਦੇ ਬਾਲਾਂ ਨੂੰ ਵੀ ਪਰਚਾਉਂਦੇ ਤੇ ਆਪ ਵੀ ਖੁਸ਼ ਹੁੰਦੇ ਸ਼ੁਰੂ ਤਾਂ ਇਹ ਦੋਵੇਂ ਸੰਗੀ ਬਿਲਾ ਰੋਕ ਟੋਕ ਜਗੀਰਦਾਰ ਦੀ ਹਵੇਲੀ ਚ ਆ ਜਾ ਸਕਦੇ ਸੀ ਗੋਲੇ ਨੇ ਕਈ ਵਾਰੀ ਬੀਬੇ ਨੂੰ ਸੁਧਾ ਸੁਝਾ ਦੇਣ ਦੀ ਕੋਸ਼ਿਸ਼ ਕੀਤੀ ਵੀ ਜਗੀਰਦਾਰ ਕੋਲ ਕਿੰਨੇ ਸਾਰੇ ਪੁੱਤਰ ਨੇ ਉਹਨੇ ਇੰਨੇ ਵੱਡੇ ਕੀ ਕਰਨੇ ਨੇ ਕਸੀ ਮੰਗ ਲੈਣੇ ਤੇ ਜਦੋਂ ਵੀ ਗੋਲਾ ਇਹ ਸਲਾਹ ਦਿੰਦਾ ਬੀਬਾ ਉਹਦੇ ਅੱਗੇ ਹੱਥ ਜੋੜ ਕੇ ਖਲੋ ਜਾਂਦਾ ਤੇ ਆਖਦਾ ਖੁਦਾ ਦੇ ਵਾਸਤੇ ਗੋਲਿਆਂ ਇੰਜ ਕਦੀ ਨਾ ਕਰੇ ਤੇ ਗੋਲਾ ਮੁੜ ਜਾਂਦਾ ਹੁਣ ਸੱਸੀ ਬੜੀ ਖੁਸ਼ ਸੀ ਉਹਨਾ ਅੱਲਾ ਨੇ ਇਹਨਾਂ ਸਭ ਨਿਯਮਤਾ ਨਾਲ ਨਵਾਜਿਆ ਸੀ ਪਰ ਪਤਾ ਨਹੀਂ ਕਿਉਂ ਇਨੀਆਂ ਬਹੁਤੀਆਂ ਖੁਸ਼ੀਆਂ ਦਾ ਕਰਕੇ ਅੰਦਰੋਂ ਅੰਦਰ ਡਰੀ ਜਾਈ ਗਈ ਸੀ ਹਫ਼ਤੇ ਚੀਕਾਦਵਾਰੀ ਇੱਕਦਮ ਉਹਦੇ ਚਿਹਰੇ ਉੱਤੇ ਜ਼ਰਦੀ ਜੀ ਖਿੰਡ ਜਾਂਦੀ ਉਹਦੇ ਬੁੱਲਾਂ ਦੀ ਲਾਲੀ ਨਿੰਮੀ ਪੈ ਜਾਂਦੀ ਇਹਦਾ ਕਾਰਨ ਉਹਦਾ ਦਿਲ ਸੀ ਜਿਹੜਾ ਹਫ਼ਤੇ ਚੀਕਾਦਵਾਰੀ ਧੜਕਣਾ ਭੁੱਲ ਜਾਂਦਾ ਸੀ ਇੰਜ ਉਹਦਾ ਦਿਲ ਦੀਆਂ ਤਿੰਨ ਚਾਰ ਧੜਕਣਾ ਮਿਸ ਹੋ ਜਾਂਦੀਆਂ ਸੰਜੀ ਦੇ ਕਰਕੇ ਸਸੀ ਨੂੰ ਦੁਬਾਰਾ ਆਪਣੀ ਅਸਲੀ ਤਲ ਤੇ ਆਉਂਦੀ ਆਉਂਦੀਆਂ ਤਿੰਨ ਘੰਟੇ ਲੱਗ ਜਾਂਦੇ ਰਾਓ ਨੇ ਉਹਨੂੰ ਬੜਾ ਪੁੱਛਿਆ ਪਰ ਉਹ ਇੱਕੋ ਗੱਲ ਦੱਸਦੀ ਮੈਨੂੰ ਮੌਲਾ ਸੋਹਣੇ ਨੇ ਦੁਨੀਆ ਦੀਆਂ ਸਭੇ ਨਿਯਮਤਾ ਦੇ ਛੱਡੀਆਂ ਨੇ ਪਰ ਮੇਰੇ ਅੰਦਰ ਇੱਕ ਡਰ ਜਿਹਾ ਬੈਠ ਗਿਆ ਕਿਦਰੀ ਨਿਯਮਤਾ ਮੇਰੇ ਕੋਲੋਂ ਕੋਈ ਖੋਹ ਨਾ ਲਵੇ। ਰਾਉ ਨੇ ਬੜੇ ਵੱਡੇ ਵੱਡੇ ਡਾਕਟਰਾਂ ਕੋਲੋਂ ਸੱਸੀ ਦਾ ਦਿਲ ਚੈੱਕ ਕਰਾਇਆ ਪਰ ਕੋਈ ਵੀ ਮਸ਼ੀਨ ਦਿਲ 'ਚ ਕਿਸੇ ਨੁਕਸ ਬਾਰੇ ਦੱਸ ਨਾ ਸਕੇ। ਅਖੀਰ ਡਾਕਟਰਾਂ ਨੂੰ ਆਖਣਾ ਪਿਆ ਵੀ ਇਹ ਦਿਲ ਦਾ ਨਹੀਂ ਦਿਮਾਗ ਦਾ ਮਸਲਾ ਹੈ। ਕਹਿੰਦੇ ਨੇ ਧਰਤੀ ਉੱਤੇ ਮੁਕੰਮਲ ਖੁਸ਼ੀਆਂ ਕਦੇ ਵੀ ਕਿਸੇ ਨੂੰ ਨਹੀਂ ਲੱਭਦੀਆਂ। ਹੁਣ ਵੀ ਸੱਸੀ ਨੂੰ ਆਪਣੇ ਰੋਗ ਨਾਲ ਜਿਉਣਾ ਆ ਗਿਆ ਸੀ। ਤੇ ਫਿਰ rau ਵਰਗਾ ਉੱਚਾ ਤੇ ਸੁੱਚਾ ਬੰਦਾ ਉਹਦੀ ਹਿਫਾਜ਼ਤ ਲਈ ਹਰ ਵੇਲੇ ਉਹਦੇ ਨਾਲ-ਨਾਲ ਰਹਿੰਦਾ ਸੀ ਦੂਜੇ ਪਾਸੇ rau ਦੀ ਜ਼ਗੀਰ ਆਲਦਵਾਲੀ ਦੀਆਂ ਜ਼ਗੀਰਾਂ 'ਚ ਇੰਜ ਹੋ ਗਈ ਸੀ ਜਿਵੇਂ ਬੜੇ ਥਲ ਵਿੱਚ ਘਾਰ ਕੋਈ ਨਿੱਕੀ ਜੀ ਜੰਨਤ ਆਬਾਦ ਹੋ ਗਈ ਦਰਖਤਾਂ ਤੇ ਸਬਜ਼ੇਦਾਨਤ ਹੋ ਗਿਆ ਸੀ ਜਿਹਦੇ ਕਰਕੇ ਇਧਰ ਉਧਰ ਰਵਾਰਾ ਉੱਡਦੇ ਫਿਰਦੇ ਬਦਲ rau ਦੀ ਜ਼ਗੀਰ ਤੇ ਆ ਕੇ ਵਸ ਜਾਂਦੇ ਇੰਜ rau ਦੇ ਇਲਾਕੇ ਦੇ ਟੋਬੇ ਤੇ ਡੰਮ ਕਦੀ ਵੀ ਨਹੀਂ ਸੀ ਸੁੱਕਦੇ ਤੇ ਸਦਾ ਪਾਣੀ ਤੇ ਮੱਛੀਆਂ ਨਾਲ ਭਰੇ ਰਹਿੰਦੇ ਸਨ ਹੁਣ ਜ਼ਗੀਰਦਾਰ ਦੇ ਵਾਸੀ ਆਪਣੀ ਜ਼ਰੂਰਤ ਦੇ ਮੁਤਾਬਕ ਮੱਛੀ ਤੇ ਦੂਜੇ ਪੰਖੀਆਂ ਦਾ ਸ਼ਿਕਾਰ ਕਰ ਸਕਦੇ ਸਨ ਪਰ ਇਹਦੇ ਲਈ ਉਹ ਜਾਲ ਜਾਂ ਬੰਦੂਕ ਨਹੀਂ ਵਰਤ ਸਕਦੇ। ਰਾਉ ਜੀ ਦੇ ਮਿੱਥੇ ਹੋਏ ਅਸੂਲਾਂ ਨੂੰ ਤੋੜਨ ਦੀ ਕੋਈ ਇੱਕ ਤੇ ਸਿੱਧੀ ਪਧਰੀ ਸਜ਼ਾ ਸੀ ਰਾਉ ਦੇ ਇਲਾਕੇ 'ਚ ਬੇਦਖਲੀ ਤੇ ਉਹ ਉਹ ਸਜ਼ਾ ਸੀ ਜਿਹੜੀ ਇਹਨਾਂ ਮਜ਼ਾਰਿਆਂ ਲਈ ਮੌਤ ਤੋਂ ਵੀ ਮੰਦੀ ਸੀ। ਵੱਡੇ ਰਾਉ ਨੇ ساری hayat ਹੀ ਕੁੱਕੜ ਕੁੱਤੇ ਰਿੱਚ ਤੇ ਸੂਰਾਂ ਦੀ ਲੜਾਈ ਵੇਖਣ ਦਾ ਸ਼ੌਕ ਕੀਤਾ। ਦਿਰਨੇ ਵਾਕਿਤਾ ਸਿਰਾਉ ਸ਼ਾ ਮੀਰ ਖਾਨ ਨੇ ਆਪਣੇ ਇਲਾਕੇ ਚ ਜਾਨਵਰਾਂ ਦੀ ਲੜਾਈ ਉੱਤੇ ਵੀ ਪੂਰੀ ਬੰਦਿਸ਼ ਲਾਈ ਹੋਈ ਸੀ ਇੰਜੋ ਦੇ ਇਲਾਕੇ ਚ ਇਨਸਾਨਾਂ ਨੇ ਦੂਜੇ ਸਭ ਨਾਲ ਜਾਨਦਾਰਾਂ ਵਿੱਚ ਕਾਰਕ ਵਸਾ ਦਾ ਰਿਸ਼ਤਾ ਕਾਇਮ ਹੋ ਗਿਆ ਸੀ ਸਭੇ ਰਲ ਮਿਲ ਕੇ ਇੰਜ ਰਹਿੰਦੇ ਪਏ ਸਨ ਜਿਵੇਂ ਉਸ ਨਵੈਕਲੇ ਸਿਰਜਣਹਾਰ ਦੀ ਮਰਜ਼ੀ ਸੀ ਜਿਨੇ ਉੱਤੇ ਬੈਠ ਕੇ ਹੀ ਹੱਤੀ ਤੇ ਮੌਤ ਦੀ ਖੇਡ ਰਚਾਈਏ ਤੇ ਜਿਥੇ ਅੱਲਾ ਦੀ ਮਰਜ਼ੀ ਤੇ ਮਨਸ਼ਾ ਮੁਤਾਬਕ ਸਾਰੇ ਅਮਲ ਹੋਉਣ ਉੱਥੇ ਅਸਮਾਨਾਂ ਤੇ ਜ਼ਮੀਨਾਂ 'ਚ ਰਹਿਮਤਾ ਦਾ ਨਜ਼ੂਲ ਤੇ ਜ਼ਹੂਰ ਹੁੰਦਾ ਰਹਿੰਦਾ ਹੈ ਇੰਜ ਹੀ rau ਦੀ ਜਗੀਤ 'ਚ ਵੀ ਹੋਇਆ ਇਥੇ ਹਾਤੀ ਮੁਕੰਮਲ ਖੂਬਸੂਰਤੀ ਦੀ ਮੰਜ਼ਿਲ ਠੀਕਰ ਪੜ ਗਈ ਸੀ ਜਿਵੇਂ ਉਹਦੀ ਤਕਮੀਲ ਹੋ ਗਈ ਹੋਵੇ ਤੇ ਹਰ ਪਾਸੇ ਖੁਸ਼ੀਆਂ ਖੁਸ਼ੀਆਂ ਦਿਸਦੀਆਂ ਨੇ ਇੱਕੋ ਵਾਰੀ rau ਸ਼ਾ ਮੀਰ ਖਾਨ ਨੂੰ ਕਿਸੇ ਸਰਕਾਰੀ ਕੰਮ ਦੇ ਸਿਲਸਿਲੇ 'ਚ ਕੁਝ ਦਿਨਾਂ ਲਈ ਕਰਾਚੀ ਜਾਣਾ ਪੈ ਗਿਆ ਹਮੇਸ਼ਾ ਵਾਂਗੂ ਫੌਲਾਦ ਖਾਨ ਵੀ ਉਹਦੇ ਨਾਲ ਹੀ ਸੀ ਗਏ ਤੇ ਇੱਕ ਦੋ 47 ਸਾਲਾਂ ਪਰ ਕੰਮ ਜਲਦੀ ਹੋ ਗਿਆ ਤੇ ਰਾਉ ਨੂੰ ਆਪਣੇ ਘਰ ਤੋਂ ਦੂਰ ਰਹਿਣਾ ਚੰਗਾ ਨਹੀਂ ਸੀ ਲੱਗਦਾ। ਇੰਜੋ ਮਿੱਥੇ ਹੋਏ ਵੇਲੇ ਤੋਂ ਇੱਕ ਹਫ਼ਤਾ ਪਹਿਲਾਂ ਹੀ ਆਪਣੀ ਜਾਗੀਰ ਵੱਲ ਪਰਤ ਆਏ। ਜਾਗੀਰ ਦੀ ਹੱਦਬੰਦੀ ਤੇ ਬੇਲੇ ਲੱਗੇ ਉਹਨਾਂ ਦੀ ਜੀਬ ਖਰਾਬ ਹੋ ਗਈ। ਉਹਨਾਂ ਨੇ ਲੰਮੇ ਚੱਕਰ ਤੋਂ ਬਚਣ ਲਈ ਬੇਲੇ 'ਚ ਉਲੰਘਣ ਦੀ ਸੋਚਿਆ। ਇੰਜੋ 10 ਮੀਲ ਦੀ ਬਜਾਏ ਬੇਲੇ 'ਚ ਨਿਰਾ 1 ਮੀਲ ਹੀ ਟੁਰ ਕੇ ਆਪਣੀ ਹਵੇਲੀ ਤੱਕ ਪੜ ਸਕਦੇ ਸਨ ਤੇ ਉਹਨਾਂ ਨੇ ਇੰਜ ਹੀ ਕੀਤਾ। ਦੂਜੇ ਪਾਸੇ ਜ਼ਗੀਰ ਦੇ ਕੁਝ ਤਮਾਸ਼ੀਨ ਮਜ਼ਾਰਿਆਂ ਨੇ ਸੋਚ ਕੇ ਵੀ ਰਾਉ ਸ਼ਾਹ ਮੀਰ ਖਾਨ ਦੇ ਪਰਤੰਚ ਬਤੇਰੇ ਦਿਨ ਪਈ ਦੀ ਰਿਚ ਤੇ ਕੁੱਤਿਆਂ ਦੀ ਲੜਾਈ ਦਾ ਪ੍ਰਬੰਧ ਕੀਤਾ ਸੀ ਹੁਣ ਇਹ ਸਾਰੇ ਮਜ਼ਾਰੇ ਚੰਗੇ ਖੁਸ਼ਹਾਲ ਸਨ ਜੀ ਦੇ ਕਰਕੇ ਉਹਨਾਂ ਨੂੰ ਮਸਤੀ ਜੀ ਚੜੀ ਸੀ ਤੇ ਮੰਦੇ ਭਾਗਾ ਦੇ ਕਰਕੇ ਇਹ ਰਿਚ ਤੇ ਕੁੱਤਿਆਂ ਦੀ ਲੜਾਈ ਲਈ ਉਹਨਾਂ ਜ਼ਗੀਰ ਦੇ ਬੇਲੇ ਲਾਗੇ ਪਿੰਡ ਬਣਾਇਆ ਉਹਨਾਂ ਬੜਾ ਇੱਕ ਨਾਮੀ ਗ੍ਰਾਮੀ ਰਿਚ ਜਿਹੜਾ ਅਜੇ ਤੱਕ ਕੁੱਤਿਆਂ ਨਾਲ ਕਿਸੇ ਲੜਾਈ 'ਚ ਨਹੀਂ ਸੀ ਹਾਰੇ ਬੁੱਕ ਕਰ ਆਇਆ ਕੁੱਤੇ ਉਹਨਾਂ ਇਧਰੋਂ ਉਧਰੋਂ ਇਕੱਠੇ ਕਰ ਲੈ ਤੇ ਸਾਰੇ ਤਮਾਸ਼ੀਨ ਮਜ਼ਾਰੇ ਆਪਣੇ ਘਰਾਂ ਚ ਚੰਗੀ ਚੋਖੀ ਰਕਮ ਸ਼ਰਤਾਂ ਰੱਖਣ ਲਈ ਲੈ ਕੇ ਆਏ ਸਨ ਤੇ ਸਭ ਤੋਂ ਪਹਿਲਾਂ ਰਿੱਚ ਦਾ ਕਲੰਦਰ ਆਪਣੇ ਰਿੱਚ ਨੂੰ ਲੈ ਕੇ ਪਿੜ ਵਿੱਚ ਵੜਿਆ ਉਹਦੇ ਰਿੱਚ ਨੇ ਆਪਣੇ ਦੋਵੇਂ ਹੱਥ ਸਿਰ ਦੇ ਉੱਤੇ ਚੁੱਕੇ ਸਨ ਕਿ ਉਹ ਕਿਸੇ ਪਹਿਲਵਾਨ ਵਾਂਗੂ ਪਿੜ ਚ ਵੜਿਆ ਜਿਹਨੂੰ ਆਪਣੀ ਤਾਕਤ ਤੇ ਜਿੱਤ ਉੱਤੇ ਪੂਰਾ ਪੂਰਾ ਯਕੀਨ ਹੋਵੇ ਫਿਰ ਪਿੜ ਚ ਦੋ ਗੁਲਟੇਰੀਏ ਕੁੱਤੇ ਲਿਆਉਂਦੇ ਗਏ ਪਹਿਲਾ ਕੁੱਤੀ ਨੂੰ ਰਿਚ ਦੇ ਸਾਹਮਣੇ ਕੀਤਾ ਗਿਆ ਮਗਰ ਉਹ ਕੁੱਤੇ ਨੂੰ ਛੱਡਿਆ ਗਿਆ ਤੇ ਇੱਕਦਮ ਪੂਰੇ ਪਿੜ ਵਿੱਚ ਮਿੱਟੀ ਘੱਟੇ ਦਾ ਇੱਕ ਤੂਫਾਨ ਉੱਠ ਖਲੋਤਾ ਮਿੱਟੀ ਦੇ ਇਸ ਤੂਫਾਨ ਵਿੱਚੋਂ ਕੁਝ ਵੀ ਨਹੀਂ ਵੇਖਿਆ ਜਾ ਸਕਦਾ ਸੀ ਸਿਵਾਏ ਰਿਚ ਦੇ ਕੁੱਤਿਆਂ ਦੀ ਗੁਰਰਾਹਟ ਤੇ ਗੁੱਸੇ ਨਾਲ ਭਰੀਆਂ ਆਵਾਜ਼ਾਂ ਦੇ ਫਿਰ ਇੱਕ ਕੁੱਤੇ ਦੀਆਂ ਦੱਬੀਆਂ ਦੱਬੀਆਂ ਚੀਕਾਂ ਜਿਵੇਂ ਉਹਦੀ ਗਿੱਟੀ ਕਿਸੇ ਸ਼ਿਕੰਜੇ ਵਿੱਚ ਫਸ ਗਈ ਹੋਵੇ ਫਿਰ ਜਦੋਂ ਧੂੜ ਜ਼ਰਾ ਕੋਈ ਬੈਠੀ ਤਾਂ ਲੋਕਾਂ ਨੇ ਵੇਖਿਆ ਕਿ ਕੁੱਤੇ ਨੂੰ ਰਿਚ ਨਹੀਂ

ਇਹ ਬੜਾ ਸੁੱਚਾ ਦਾ ਸੀ ਤੇ ਕਿਸੇ ਵੀ ਰਿੱਚ ਲਈ ਇਹਦੇ ਤੋਂ ਬਚਣਾ ਬੜਾ ਔਖਾ ਹੁੰਦਾ ਹੈ ਇੱਥੇ ਤੇ ਕੁਝ ਵੀ ਨਹੀਂ ਸੀ ਕੁੱਤੀ ਨੇ ਆਪਣੇ ਸੰਗੀ ਨੂੰ ਕੀ ਬਚਾਉਣਾ ਸੀ ਉਹ ਆਪ ਹੀ ਰਿੱਚ ਦੇ ਕਾਬੂ ਆ ਗਏ ਰਿੱਚ ਨੇ ਆਪਣੀ ਦੂਜੀ ਕੱਚ ਚ ਕੁੱਤੀ ਫਸਾ ਲਈ ਪਰ ਕੁੱਤੀ ਦੀ ਧੌਣ ਕਾਬੂ ਨਹੀਂ ਸੀ ਆਈ ਜਿਹਦੇ ਕਰਕੇ ਉਹ ਬੁਰੀ ਤਰ੍ਹਾਂ ਤੜਫਦੀ ਪਈ ਸੀ ਤੇ ਰਿੱਚ ਲਈ ਉਹਨੂੰ ਸੰਭਾਲਣਾ ਔਖਾ ਹੁੰਦਾ ਜਾਂਦਾ ਸੀ ਢੋਲ ਜ਼ੋਰਾਂ ਨਾਲ ਵੱਜਦਾ ਪਿਆ ਸੀ ਤੇ ਤਮਾਸ਼ੀਨਾਂ ਦਾ ਖੱਪ ਰੌਲਾ ਵੀ ਘਟ ਨਹੀਂ ਸੀ ਤੇ ਇੱਕਦਮ ਪਤਾ ਨਹੀਂ ਢੋਲੀਏ ਨੂੰ ਕੀ ਦੱਸਿਆ ਉਹਨੇ ਡਗਾ ਵਜਾਉਂਦੇ ਹੱਥ ਵਾਲੇ ਹੋ ਕੇ ਇੱਕਦਮ ਰੁਕ ਗਏ ਇਦੇ ਨਾਲ ਉਹ ਸਭੇ ਤमाशबीन ਜਿਨ੍ਹਾਂ ਦਾ ਮੂੰਹ ਬੇਲੇਵਲ ਸੀ ਪਿੜ ਛੱਡ ਕੇ ਆਪਣੇ ਘਰਾਂ ਨੂੰ ਟੁਰ ਪਏ ਉਹਨਾਂ ਦੀ ਰਫ਼ਤਾਰ ਜਿਵੇਂ ਕੁਝ ਤੇਜ਼ ਜਈ ਸੀ ਤਾਂ ਫਿਰ ਬਾਕੀ ਤमाशबीनਾਂ ਨੂੰ ਪਿਛਾ ਪਰਤ ਕੇ ਵੇਖਣਾ ਪਿਆ ਇਹ ਵੇਖ ਕੇ ਜਿਵੇਂ ਉਹਨਾਂ ਦੀ ਜਾਨ ਹੀ ਨਿਕਲ ਗਈ ਉਹਨਾਂ ਦੇ ਪਿੱਛੇ ਰਾਉ ਸ਼ਾ ਮੀਰ ਖਾਨ ਦੀਆਂ ਖੰਝ ਅੱਗ ਬਲਦੀ ਪਈ ਸੀ ਉਹਨੇ ਇੱਕ ਵੀ ਲਫ਼ਜ਼ ਨਹੀਂ ਸੀ ਬੋਲਿਆ ਇਹਦਾ ਮਤਲਬ ਸੀ ਕਿ ਰਾਉ ਹੋਰੀ ਬੜੇ ਗੁੱਸੇ ਵਿੱਚ ਸਾਰੇ ਬੰਦੇ ਜਿੱਧਰ ਕਿਸੇ ਦਾ ਮੂੰਹ ਉੱਠਿਆ ਉਧਰ ਹੀ ਟੁਰ ਪਏ ਤੇ ਮਿੰਟਾਂ ਅੰਦਰ ਕਲੰਦਰ ਇੱਕ ਮੋਇਆ ਹੋਇਆ ਕੁੱਤਾ ਤੇ ਦੂਜੀ ਫੁੱਟੜ ਕੁੱਤੀ ਤੇ ਰਿਚ ਜਿਹੜਾ ਹੈਰਾਨ ਜਿਹਾ ਹੋ ਗਿਆ ਸੀ ਇਸ ਹੈਰਾਨੀ ਦੇ ਕਰਕੇ ਉਹਨੇ ਕੁੱਤੀ ਨੂੰ ਆਪਣੀ ਪਕੜ ਤੋਂ ਆਜ਼ਾਦ ਕਰ ਦਿੱਤਾ ਸੀ ਖਾਲੀ ਮੈਦਾਨ 'ਚ ਖਲੋਤੇ ਰਹੇ ਰਾਉ ਨੇ ਬੜੇ ਗੌਰ ਨਾਲ ਰਿਚ ਦੀ ਜਾਂਚ ਕੀਤੀ ਉਹਦੇ ਦੋਵੇਂ ਕੰਨ ਇੱਕ ਅੱਖ ਥੱਲੇ ਦਾ ਪੂਰਾ ਬੁੱਲ ਸੱਜੇ ਹੱਥ ਦਾ ਪੂਰਾ ਅੱਧਾ ਪੰਜਾ ਗਾਇਬ ਸੀ ਸਗੋਂ ਆਖਣਾ ਚਾਹੀਦਾ ਕਿ ਉਹਦੀ ਸਭੇ ਲਮਕਾਈਆਂ ਸ਼ੈਵਾਂ ਜਿਹੜੀਆਂ ਆਸਾਨੀ ਨਾਲ ਝਗੜ ਕੇ ਖੋਈਆਂ ਜਾ ਸਕਦੀਆਂ ਸਨ ਖਸ ਚੁੱਕੀਆਂ ਸਨ ਅੱਖ ਨੂੰ ਤੁਸੀਂ ਵੈਰੀਆਂ ਦਾ ਭੌਂਸ ਆਖ ਲੋ ਅਜੇ ਤੱਕ ਉਹਦਾ ਗੁੱਸਾ ਨਹੀਂ ਸੀ ਲੱਥਾ ਉਹਦੇ ਕੋਲੋਂ ਬੋਲਿਆ ਤੇ ਨਹੀਂ ਸੀ ਗਿਆ ਪਰ ਉਹਦੇ ਇਸ਼ਾਰੇ ਨਾਲ ਫੌਲਾਦ ਖਾਨ ਨੂੰ ਆਖਿਆ ਕਿ ਰਿਚ ਤੇ ਕਲੰਦਰ ਨੂੰ ਨਾਲ ਲੈ ਕੇ ਆਵੇ ਤੇ ਆਪ ਅੱਗੇ-ਅਗੇ ਟੁਰ ਪਿਆ ਹੁਣ ਅੱਗੇ ਰਾਉ ਸ਼ਾ ਮੀਰ ਖਾਨ ਉਹਦੇ ਮਗਰ ਕਲੰਦਰ ਉਹਦੇ ਉਹਦਾ ਰਿਚ ਤੇ ਅਖੀਰ ਉੱਤੇ ਫੌਲਾਦ ਖਾਨ ਟੁਰਿਆ ਹੁੰਦਾ ਸੀ ਬਾਕੀ ਕਿਸੇ ਦੀ ਹਿੰਮਤ ਨਹੀਂ ਸੀ ਕਿ ਅੱਖ ਚੁੱਕ ਕੇ ਇਹਨਾਂ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਇੰਜ ਨਿੱਕਾ ਜਿਹਾ ਕਾਫਲਾ ਜ਼ਗੀਰਦਾਰ ਦੀ ਹਵੇਲੀ ਤੇ ਮਰਦਾਨੇ ਵਿੱਚ ਜਾ ਪੜਿਆ ਰਾਉ ਸ਼ਾ ਮੀਰ ਖਾਂ ਬੜੇ ਚਿਰ ਤੀਕਰ ਕਲੰਦਰ ਤੇ ਰਿਛ ਨੂੰ ਵੇਖਦਾ ਰਿਹਾ ਤੇ ਅਖੀਰ ਹੌਲੀ ਬੜੀ ਹੌਲੀ ਆਖਣ ਲੱਗਾ ਕੀ ਕਰ ਦਿੱਤਾ ਈ ਜ਼ਾਲਮਾ ਅੱਲਾ ਦੀ ਮਖਲੂਕ ਨਾਲ ਤੇ ਕਲੰਦਰ ਨੇ ਆਪਣੇ ਢਿੱਡ ਤੋਂ ਕੁੜਤਾ ਚੁੱਕਿਆ ਤੇ ਆਖਿਆ ਸਾਈਂ ਬਾਦਸ਼ਾਹ ਇਹ ਬੜੀ ਜ਼ਾਲਮ ਸ਼ੈ ਹੈ ਇਹਨੂੰ ਪੂਰਨ ਲਈ ਬੰਦੇ ਨੂੰ ਬੜਾ ਕੁਝ ਕਰਨਾ ਪੈਂਦਾ ਹੈ ਪਰ ਇੱਕ ਵਾਰ ਮਾਫੀ ਦੇ ਦਿਓ ਮੁੜ ਮੈਂ ਤੁਹਾਡੇ ਇਲਾਕੇ 'ਚ ਕਦੀ ਵੀ ਨਹੀਂ ਆਵਾਂਗਾ ਰਾਉ ਸ਼ਾ ਮੀਰ ਖਾਂ ਫਿਰ ਥੋੜਾ ਚਿਰ ਕਲੰਦਰ ਵੱਲੇ ਵੇਖਦਾ ਰਿਹਾ ਤੇ ਆਖਿਆ ਉਹ ਮੁੱਲੇ ਸਨਮਾਨੇ ਦਾ ਸਾਈ ਭਾਸ਼ਾ ਮੇ 50000 ਖਰੀਦਿਆ ਸੀ Rao ਨੇ ਆਪਣੀ ਬਾਸਕਟ ਵਿੱਚੋਂ ਸੇਫ ਦੀ ਚਾਬੀ ਘਟ ਕੇ ਫਲਾਦ ਖਾਨ ਨੂੰ ਫੜਾਈ ਤੇ ਆਖਿਆ ਇਹਨੂੰ 50000 ਰੁਪਏ ਚਾਹ ਦੇ ਤੇ ਫਲਾਦ ਖਾਨ ਨੇ ਅਲਮਾਰੀ ਖੋਲੀ ਤੇ ਰਕਮ ਕੱਢ ਕੇ ਰਿਜ ਕਲੰਦਰ ਨੂੰ ਦੇ ਦਿੱਤੀ Rao ਜਿਵੇਂ ਕੁਝ ਸੋਚਦਾ ਪਿਆ ਸੀ ਇਹਨੂੰ 50000 ਰੁਪਏ ਹੋਰ ਚਾਹ ਦੇ ਫਿਰ ਉਹਨੇ ਰਿਜ ਕਲੰਦਰ ਨੂੰ ਇੱਕ ਬਦਲੇ ਹੋਏ ਲੈਜੇ ਚਾਹਿਆ ਅੱਗੇ ਤੋਂ ਇਹ ਰਿਜ ਨਚਾਉਣ ਤੇ ਲੜਾਵੰਦਾ ਧੰਦਾ ਨਹੀਂ ਕਰੇਗਾ ਇਹ ਗੱਲ ਚੰਗੀ ਤਰ੍ਹਾਂ ਸਮਝ ਤੇ ਹੁਣ ਇੱਥੋਂ ਚਲਾ ਜਾ ਪਤਾ ਨਹੀਂ ਰਾਉ ਦੇ ਲਹਿਜੇ ਚ ਕੀ ਸੀ ਉਸੇ ਵੇਲੇ ਉੱਥੇ ਰਿਚ ਕਲੰਦ ਨੇ ਆਪਣੇ ਦਿਲ ਦੀ ਦਿਲ ਵੀ ਸੌਂ ਖਾਲੀ ਪਈ ਅੱਗੋਂ ਭੁੱਖਾ ਮਰ ਜਾਏਗਾ ਪਰ ਰਿਚ ਕਦੀ ਨਹੀਂ ਰੱਖੇਗਾ ਉੱਟਰ ਨਹੀਂ ਲੱਗਾ ਸੀ ਰਾਉ ਬੋਲਿਆ ਇਸ ਨਮਾਣੇ ਦਾ ਨਾਂ ਤੇ ਦਸਤਾਚ ਇਹਦਾ ਨਾਂ ਬਹਾਦਰਾ ਏ ਤੇ ਸਰਕਾਰੀ ਸੱਚਮੁੱਚੀ ਬਹਾਦਰਾ ਏ ਇਹਨੇ ਅੱਜ ਤਿੱਕਰ ਕਿਸੇ ਵੀ ਪਿੜਚ ਮੇਰੀ ਮੁੱਛ ਨਹੀਂ ਵੀ ਨਹੀਂ ਆਉਣ ਦਿੱਤੀ ਤਾਂ ਫਿਰ ਰਾਉ ਨੇ ਕੁਰਸੀ ਖਿੱਚ ਕੇ ਬਾਧਰੇ ਦੇ ਲਾਗੇ ਖਿੱਚ ਕੇ ਆਪਣਾ ਹੱਥ ਉਹਦੇ ਸਿਰ ਤੇ ਮੂੰਹ ਤੇ ਫੇਰਿਆ ਰਿਚ ਚੀੜ-ਚੀੜ ਕਰਕੇ ਹੱਥ ਚੱਟਣ ਲੱਗ ਪਿਆ ਹੱਥ ਫੇਰ ਕੇ ਵੇਖਿਆ ਬਗੈਰ ਹੱਥ ਫੇਰ ਕੇ ਵੇਖਿਆ ਬਗੈਰ ਰਾਉ ਨੇ ਫੌਲਾਦ ਖਾਨ ਨੂੰ ਪੁੱਛਿਆ ਸਾਡੇ ਬੇਲੇ ਦੀ ਮਸ਼ਰਕ ਵਾਲੇ ਕੋਨੇ ਦੀ ਕੀ ਹਾਲਤ ਹੈ ਅੱਗੇ ਤੋਂ ਬਹਾਦਰਾ ਉੱਥੇ ਰਹੇਗਾ ਅੱਲਾ ਦਾ ਬਹੁਤ ਕਰਮ ਹੈ ਸਰਕਾਰ ਟੋਬੇ ਮੱਛੀਆਂ ਦੇ ਪਾਣੀ ਨਾਲ ਭਰੇ ਹੋਏ ਨੇ ਇੱਕ ਇੱਕ ਰੁੱਖ ਉੱਤੇ ਘਟੋ ਘਟ ਚਾਰ ਡੂਮਣੇ ਤੇ ਮੱਖੀਆਂ ਦੀਆਂ ਮਸ਼ਕ ਮਸ਼ਕ ਜਿਹੜੀਆਂ ਮਹਾਲਾ ਲਮਕੀਆਂ ਹੋਈਆਂ ਨੇ ਬਹਾਦਰਾ ਉੱਥੇ ਮੌਜਾਂ ਕਰੇਗਾ ਫੇਰ ਵੀ ਕੁਝ ਸ਼ਕਰਕੰਦੀ ਦੀਆਂ ਵਾਲਾਂ ਮੱਕੀ ਤੇ ਕਮਾਦੀਆਂ ਇੱਕ ਦੋ ਕਨਾਲਾਂ ਦਾ ਬੰਦੋਬਾਸ ਜ਼ਰੂਰੀ ਹੈ ਤੇ ਇਹ ਕੰਮ ਜ਼ਰਾ ਛੇਤੀ ਹੋਣਾ ਚਾਹੀਦਾ ਉਦੋਂ ਤੀਕਰ ਭਾਦਰਾ ਇੱਥੇ ਰਹੇਗਾ ਫੌਲਾਦ ਖਾਨ ਦੀ ਸਮਝ rau shah meer khan ਦੀਆਂ ਗੱਲਾਂ ਕਦੀ ਵੀ ਨਹੀਂ ਸੀ ਆਉਂਦੀਆਂ ਪਰ ਉਹਨੂੰ ਉਸ ਉਤੇ ਚੰਗੀ ਤਰ੍ਹਾਂ ਯਕੀਨ ਤੇ ਬਸਾ ਸੀ ਕਿ ਜੋ ਕੁਝ ਕਰਦਾ ਹੈ ਚੰਗਾਈ ਕਰਦਾ ਹੈ ਫਿਰ ਵੀ ਉਹਨੇ ਜਾਂਦਿਆਂ ਜਾਂਦਿਆਂ ਆਖਿਆ rau ji ਤੁਸੀਂ ਬੜੀ ਨੇਕੀ ਕਮਾਈ ਮੌਲਾ ਤੁਹਾਨੂੰ ਇਹਦਾ ਵੱਡਾ ਅਜ਼ਰ ਦੇਵੇ ਹੁਣ ਜਦੋਂ rau ਬੋਲਿਆ ਤੇ ਉਹਦੀ ਆਵਾਜ਼ ਬੜੀ ਗਹਿਰੀ ਤੇ ਗੰਭੀਰ ਸੀ ਫੌਲਾਦ ਖਾਨ ਕੁਝ ਨੇਕੀਆਂ ਦੇ ਅਜਰ ਅੱਲਾ ਨੇ ਬੰਦਿਆਂ ਨੂੰ ਪੇਸ਼ਗੀ ਦੇ ਦਿੱਤੇ ਹੁੰਦੇ ਨੇ ਕਿਹੜਾ ਬੰਦਾ ਜਿਹੜਾ ਅੱਲਾ ਦਾ ਉਧਾਰ ਚੁਕਾ ਸ ਪਰ ਕੋਸ਼ਿਸ਼ ਤੇ ਕਰਨੀ ਚਾਹੀਦੀ ਹੈ ਅੱਛਾ ਤੂੰ ਹੁਣ ਜਾ ਇਹ ਕੰਮ ਸ਼ੁਰੂ ਕਰ ਦੇ ਬੇਲੇ ਦੇ ਨੁਕਰ ਵਾਲੇ ਕਿੱਲੇ ਦੀਵਾਲੇ ਬਾਗਣੀ ਇਹਦੇ ਮਗਰੋਂ ਰਾਉ ਕਿੰਨੇ ਚਿਰ ਬਹਾਦਰੇ ਵੱਲ ਵੇਖਦਾ ਰਿਹਾ ਉਹਨੂੰ ਉਹਦੇ ਉੱਤੇ ਬੜੀ ਦਇਆ ਹੁੰਦੀ ਪਈ ਸੀ ਫਿਰ ਉਹਨੇ ਨੌਕਰ ਕੁੜੀ ਨੂੰ ਆਕੇ ਸਸੀ ਨੂੰ ਆਪਣੇ ਕੋਲ ਬੁਲਾਇਆ ਅੱਜ ਪਹਿਲੀ ਵਾਰੀ ਸਸੀ ਨੂੰ ਮਰਦਾਨੇ ਚ ਸੱਦਿਆ ਗਿਆ ਸੀ ਉਹ ਹੈਰਾਨੀ ਹੈਰਾਨ ਤੇ ਬੜੀ ਹੋਈ ਛੇਤੀ ਨਾਲ ਰਾਉ ਕੋਲ ਉੱਪੜ ਗਈ। ਰਾਉ ਨੇ ਬੜੇ ਗੌਰ ਨਾਲ ਉਹਦੇ ਵੱਲ ਤੱਕਿਆ ਤੇ ਫੇਰ ਆਕੇ ਇਸ ਨਮਾੜੇ ਨੂੰ ਚੰਗੀ ਤਰ੍ਹਾਂ ਵੇਖ ਲੈ ਤੇ ਫੇਰ ਮੈਂ ਤੈਨੂੰ ਕੁਝ ਆਖਾਂ। ਅਜਰ ਰਾਉ ਖੋਰੇ ਕਿਸਰਾਨੀਆਂ ਗੱਲਾਂ ਕਰਦਾ ਪਿਆ ਸੀ। ਸਸੀ ਨੇ ਦੇਲੀ ਦਿਲ 'ਚ ਸੋਚਿਆ ਤੇ ਆਖਣ ਲੱਗੀ। ਇਹ ਸ਼ੋ ਦਾ ਕਿਤੋਂ ਚਾਹ ਹੁੰਦਾ ਜੀ? ਇਹਦੇ ਨਾਲ ਧਿਆ ਡਾਢੇ ਧਰੋ ਹੋਏ ਦਿਸਦੇ ਨੇ ਵਿਚਾਰ। ਰਾਉ ਨੇ ਫੇਰ ਇੱਕ ਵਾਰੀ ਸਸੀ ਨੂੰ ਗੌਰ ਨਾਲ ਤੱਕਿਆ ਤੇ ਆਖਿਆ ਜੇ ਮੈਂ ਕਹਾਂ ਇਹ ਰਿੱਚ ਜੀ ਦਾ ਨਾਂ ਬਾਦਰਾਏ ਤੇ ਸਾਡਾ 8ਵਾਂ ਪੁੱਤਰ ਹੈ ਤੇ ਤੈਨੂੰ ਕਿਵੇਂ ਲੱਗੇਗਾ? ਸਸਰੀ ਦੀਆਂ ਅੱਖਾਂ 'ਚ ਬੋਲਣ ਲੱਗਿਆ ਗਲੇਡੂ ਜੀ ਆ ਗਏ ਇੰਜ ਇਹਨਾਂ ਗਲੇਡੂਆਂ ਦਾ ਅਸਰ ਜਿਵੇਂ ਉਹਦੀ ਆਵਾਜ਼ 'ਚ ਆ ਗਿਆ ਹੋਵੇ ਉਹ ਬੜਾ ਹੌਲੀ ਹੌਲੀ ਧਿਰਕੁਰਕ ਕੇ ਬੋਲੀ ਮੈਨੂੰ ਇਹ ਤੇਰਾ ਦਿੱਤਾ ਹੋਇਆ ਠੋਪ ਪੁੱਤਰ ਵੀ ਦਿਲ ਅੱਖਾਂ ਮੱਥੇ ਤੇ ਦਿਮਾਗ ਨਾਲ ਇੰਜ ਹੀ ਕਬੂਲ ਤੇ ਪਿਆਰਾ ਜਿਵੇਂ ਪਹਿਲੇ ਸੱਤ ਪੁੱਤਰ ਤੇ ਫਿਰ ਉਹ ਰਿਛ ਦੇ ਕੋਲ ਬੈਠ ਗਈ ਉਹਦਾ ਹੱਥ ਰਿਛ ਦੇ ਸਿਰ ਉੱਤੇ ਉਹਦੇ ਬਾਕੀ ਜੁੱਸੇ ਵਾਂਗੂ ਹੌਲੀ-ਹੌਲੀ ਹਿਲਦਾ ਪਿਆ ਸੀ ਫਿਰ ਉਹਨੇ ਭੂਈ ਉੱਤੇ ਬੈਠਿਆ ਬੈਠਿਆ ਸੀ ਰੋ ਤਾਂ ਕਰਕੇ ਰਾਉ ਵਲਿੰਜੇ ਵੇਖਿਆ ਜਿੰਨਕੀ ਅਲੜ ਬਾਲਕ ਪੂਰੇ ਚੰਨਵਾਲ ਵੇਖਦਾ ਹੋਵੇ ਅਗਲੇ ਹਫਤੇ ਤੀਕਰ ਬਹਾਦਰਾ ਆਪਣੇ ਨਵੇਂ ਘਰ ਆ ਪੜ ਗਿਆ ਬੇਲੇ ਦੇ ਇਸ ਟੋਟੇ ਚ ਢੋਬਾ ਮੁੱਛੀਆਂ ਨਾਲ ਭਰਿਆ ਸੀ ਹਰ ਰੁੱਖ ਉੱਤੇ ਇੱਕ ਤੋਂ ਵੱਧ ਡੁੰਮਣੇ ਤੇ ਮੱਖੀਉ ਦੀਆਂ ਮਸ਼ਕ ਮਸ਼ਕ ਜਿਹੜੀਆਂ ਮੋਹਾਲਾਂ ਲਮਕੀਆਂ ਸਨ ਫौलाਦ ਖਾਨ ਨੇ ਸ਼ਕਰ ਕੰਦੀ ਦੀਆਂ ਜਿਹੜੀਆਂ ਜੜਾਂ ਗੱਡੀਆਂ ਸਨ ਉਹ ਪੁੰਗਰ ਖਲੋਤੀਆਂ ਸਨ ਤੇ ਇੱਕ ਪਾਸੇ ਦੋ ਕਰਨਾਲਾਂ ਦੇ ਰਕਬੇ ਚ ਮੱਕਈ ਤੇ ਕਮਾਦ ਦੇ ਬੂਟੇ ਉੱਸਰ ਦੇ ਪਏ ਸਨ ਤੇ ਬਾਧਰੇ ਦਾ ਇਹ ਘਰ ਜਿਹੜਾ ਉਹਦੇ ਲਈ ਨਿੱਕੀ ਜਿਹੀ ਜੰਨਤ ਵਾਂਗੂ ਸੀ ਲੋਹੇ ਦੀਆਂ ਤਾਰਾਂ ਲਾ ਕੇ ਬਾਕੀ ਦੁਨੀਆ ਦੇ ਅਮਲ ਦਖਲ ਤੋਂ ਆਜ਼ਾਦ ਕਰ ਦਿੱਤਾ ਗਿਆ ਤੇ ਇੱਥੇ ਦਾਖਲੇ ਦਾ ਬਸ ਇੱਕੋ ਇੱਕ ਦਰਵਾਜ਼ਾ ਸੀ ਜਿਹਦੀ ਚਾਬੀ ਰਾਉ ਕੋਲ ਸੀ ਅੱਠਾਂ ਦਿਨਾਂ ਮਗਰੋਂ ਰਾਉ ਤੇ ਸੱਸੀ ਬਾਧਰੇ ਨੂੰ ਵੇਖਣ ਲਈ ਇੱਥੇ ਆਏ ਉਹ ਬਾਧਰੇ ਲਈ ਸ਼ਹਿਦ ਨਾਲ ਭਰੀ ਹੋਈ ਮਹਾਲ ਦਾ ਇੱਕ ਟੋਟਾ ਤੇ ਕਿੰਨੇ ਸਾਰੇ ਕੇਲੇ ਲੈ ਕੇ ਆਏ ਸਨ ਬਾਧਰਾ ਆ ਕੇ ਉਹਨਾਂ ਦੇ ਕੋਲ ਬੈਠ ਕੇ ਅੱਜ ਸੱਸੀ ਨੂੰ ਸੋਹਣੀਆਂ-ਸੋਹਣੀਆਂ ਗੱਲਾਂ ਕਰਨ ਦਾ ਜਿਵੇਂ ਦੌਰਾ ਪੈ ਗਿਆ ਵਾਪਿਸ ਸਵਾਦ ਲੈ ਲੈ ਕੇ ਕੋਈ ਗੱਲ ਕਰਦੀ ਆਪੇ ਬਾਲਾ ਵਾਂਗੂ ਜ਼ੋਰ ਜ਼ੋਰ ਦੀ ਹੱਸਣ ਲੱਗ ਪੈਂਦੀ। ਰਾਉ ਵੀ ਉਹਨੂੰ ਵੇਖ-ਵੇਖ ਕੇ ਬੜਾ ਖੁਸ਼ ਸੀ। ਸਸੀ ਦੀਆਂ ਗੱਲਾਂ ਖੁਸ਼ੀ ਨਾਲ ਭੱਕ ਰਹੀਆਂ ਸਨ ਤੇ ਕੰਧਾਰੀ ਸੇਬ ਵਾਂਗੂ ਉਹਨਾਂ ਉੱਤੇ ਵੀ ਲਾਲੀ ਦਿਸਦੀ ਪਈ ਸੀ ਅਜੋਦੇ ਬੁੱਲ ਵੀ ਰੱਤੇ ਲਾਲ ਸਨ। ਫਿਰ ਜਿਵੇਂ ਸਸੀ ਨੂੰ ਹੱਸਦਿਆਂ ਹੱਸਦਿਆਂ ਕੋਈ ਜ਼ਰੂਰੀ ਗੱਲ ਯਾਦ ਆ ਗਈ ਹੋਵੇ। ਉਹਨੇ ਹੌਲੀ ਜਿਹੀ ਰਾਉ ਨੂੰ ਆਖਿਆ ਪਿਛਲੇ 8-10 ਦਿਨਾਂ ਵਿੱਚ ਮੇਰਾ ਦਿਲ ਇੱਕ ਵਾਰ ਵੀ ਧੜਕਣ ਨਹੀਂ ਭੁੱਲਿਆ ਤੇ ਮੈਨੂੰ ਇੰਝ ਲੱਗਦਾ ਜਿਵੇਂ ਮੇਰੇ ਅੰਦਰ ਵਾਲਾ ਡਰ ਤੇ ਖੌਫ ਮਰ ਗਿਆ ਤੇ ਹੁਣ ਮੇਰੇ ਦਿਲ ਤੇ ਦਿਮਾਗ ਖੁਸ਼ੀਆਂ ਨਾਲ ਭਰ ਗਿਆ ਤੇ ਇੱਕ ਵਾਰੀ ਫੇਰ ਉਹ ਬਾਲਾਂ ਵਾਂਗੂ ਖਿੜਖਿੜ ਹੱਸਣ ਲੱਗ ਪਈ। ਰਾਉ ਨੂੰ ਦੀ ਗੱਲ ਦਾ ਪੂਰਾ ਪੂਰਾ ਯਕੀਨ ਸੀ ਤੇ ਉਹ ਚੰਗੀ ਤਰ੍ਹਾਂ ਸਮਝ ਗਿਆ ਸੀ ਵੀ ਅੱਗੋਂ ਕਦੀ ਵੀ ਉਹਦਾ ਦਿਲ ਧੜਕਣਾ ਨਹੀਂ ਭੁੱਲੇਗਾ ਤੋਂ ਹਮੇਸ਼ ਖੁਸ਼ੀਆਂ ਮਾਣੇਗੀ ਜਿਵੇਂ ਕਿਸੇ ਵੱਡੀ ਤਾਕਤ ਨੇ ਉਹਨੂੰ ਖੁਸ਼ ਰਹਿਣ ਦੀ ਜ਼ਮਾਨਤ ਦੇ ਦਿੱਤੀ ਹੋਵੇ। ਫੇਰ ਉਹਨੇ ਪਹਿਲੋਂ ਆਪਣੇ ਬਾਰੇ ਸਸੀ ਨੂੰ ਬੜੇ ਪਿਆਰ ਨਾਲ ਵੇਖਿਆ ਬਹਾਦਰੀ ਵਾਲ ਵੇਖਿਆ ਤੇ ਉਹਨੂੰ ਇੰਜ ਲੱਗਾ ਜਿਵੇਂ ਉਹਨਾਂ ਦੀ ਜ਼ਾਤ ਦੀ ਤਕਮੀਲ ਹੋ ਗਈ ਹੋਵੇ ਜਿਸ ਰੌਣਾਂ ਦੀ ਜਾਗੀਰ ਵਿੱਚ ਹਿਆਤੀ ਦੀ ਤਕਮੀਲ ਹੋ ਚੁੱਕੀ ਸੀ ਫਿਰ ਦੋਵੇਂ ਜੀ ਇੱਕ ਦੂਜੇ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਇੰਜ ਖੁਸ਼-ਖੁਸ਼ ਟਹਿਲਣ ਲੱਗ ਪਏ ਜਿਵੇਂ ਕੋਈ ਜੋੜਾ ਆਪਣੇ ਪਿਆਰ ਦੇ ਪਹਿਲੇ ਦਿਨ ਨਸ਼ੀਬੀ